ਪੰਜਾਬੀ ਸੁਣ ਸਮਝਣ ਬੋਲਣ ਦੇ ਨਾਲ ਸਫਰ ਕਰਨ ਵਾਲਿਆਂ ਨੂੰ ਜ਼ਾਹਿਦ ਮਹਿਮੂਦ ਦੀ ਤਰਫੋਂ ਅਸਲਾਮ ਅਲੈਕੁਮ। ਦੇਖ ਲਓ ਆਪਣਾ ਫੇਵਰਟ ਚੈਨਲ ਚੈਨਲ 49 ਤੇ ਆਪਣਾ ਫੇਵਰਟ ਪ੍ਰੋਗਰਾਮ ਇੱਕ ਨੁੱਕਰ ਪੰਜਾਬ ਦੀ। ਨਾਜ਼ਰੀਨ, ਹਕੂਮਤ ਦੇ ਪੰਜਾਬ ਦੀ ਤਰਫੋਂ ਆਟਾ ਗਰੀਬ ਆਵਾਮ ਵਾਸਤੇ ਆਟੇ ਦੀ ਇੱਕ ਸਕੀਮ ਚਲਾਈ ਗਈ ਹੈ। ਨਾਜ਼ਰੀਨ, ਉਹ ਵੇਖੋ ਕਿਸ ਤਰ੍ਹਾਂ ਲੋਕ ਪਰ ਲੈਣਾ 'ਚ ਲੱਗ ਕੇ ਖਰੀਦ ਰਹੇ ਨੇ। जी वेखो नाजरीन, औरतां मर्द सारे लैणा विच लग के ते 10 किलो दा तोड़ा आटे दा खरीदन आस्ते पूरी पूरी दिहाड़ी गुल कर रहे ने, और हकूमत दा कन्ना तई शुक्रिया भी अदा कर रहे ने भी शुक्र है भी आटा लभ भी रहा है। कुछ लोकां नू हकूमत दे पंजाब दे इस स्कीम तो कुछ शिकायतां भी ने। कुछ आंदे ने सानू गट्टू लभदे ही नहीं पए ते कुछ आंदे ने सानू त्रै त्रै लभ गए ने। कुछ लोग आते हैं कि साड़ी बजाय ये लोग दुकानदारों दे के ते साडा हक पे मारते हैं। साडे रिपोर्टर मोमन शाह साहब मौजूद ने, वो दसणगे उत्थे की हालातों वाकियात ने। जी शाह जी बोलो। कुछ लोग ਤੁਸੀਂ ਵੀ ਅੱਜ ਹੀ ਆਣਾ ਆਵਾਮ ਔਰ ਲੋਕਾਈ ਜਿਹੜੀ ਹੈ ਉਹ ਖੂਬ ਖੂਬ ਕੇ ਆਪਣਾ ਇਜ਼ਹਾਰ ਕਰ ਰਹੀ ਹੈ। ਅਰਬਾਬੇ ਇਖਤਿਆਰ ਸੋਚਣਾ ਚਾਹੀਦਾ। ਮੈਂ ਉਮੀਦ ਕਰਦਾ ਹਾਂ ਕਿ ਇਸ ਰਿਪੋਰਟ ਕੀ ਪੋਜ਼ਿਟਿਵ ਔਰ ਮੁਹੱਬਤ ਵਾਲੀ ਸੋਚ ਦੇ ਨਾਲ ਸਟੇਪ ਕਰੋਗੇ, ਔਰ ਬਹੁਤ ਸਾਰੇ ਲੋਕ ਵੀ ਆ ਰਹੇ ਹਨ। ਹੱਕਦਾਰਾਂ ਦਾ ਹੱਕ ਜਿਹੜਾ ਹੈ ਉਹ ਮਾਰਿਆ ਜਾ ਰਿਹਾ। ਲੈਣੀ